ਫਾਜ਼ਿਲਕਾ ਦੇ ਵਿੱਚ ਗੋ ਹੱਤਿਆਰਾਂ ਨੂੰ ਸਜ਼ਾ ਦਿਵਾਉਣ ਦੇ ਲਈ ਕੱਲ ਹਿੰਦੂ ਸੰਗਠਨਾਂ ਵੱਲੋਂ ਕੱਢੀ ਜਾਏਗੀ ਰੋਸ ਰੈਲੀ। ਮੀਟਿੰਗ ਹੋਈ ਆਯੋਜਿਤ ਫਾਜ਼ਿਲਕਾ ਦੀ ਗੋਸ਼ਾਲਾ ਦੇ ਵਿੱਚ। ਅੱਜ ਹਿੰਦੂ ਸੰਗਠਨਾਂ ਦੀ ਇੱਕ ਮੀਟਿੰਗ ਸੰਪੰਨ ਹੋਈ ਜਿਸ ਦੇ ਵਿੱਚ ਕੱਲ ਕੱਢੀ ਜਾਣ ਵਾਲੀ ਰੋਸ ਰੈਲੀ ਦੀ ਰੂਪਰੇਖਾ ਤਿਆਰ ਕੀਤੀ ਗਈ। ਇਸ ਬੈਠਕ ਦੇ ਵਿੱਚ ਡੇਰਾ ਬਾਬਾ ਬਲਵੰਤ ਗਿਰੀ ਦੇ ਗੱਦੀ ਨਸ਼ੀਨ ਮਹੰਤ ਸੁਰਿੰਦਰ ਗਿਰੀ ਮਹਾਰਾਜ, ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ, ਬਜਰੰਗ ਦਲ ਦੇ ਮਨੀਸ਼ ਸਵਾਮੀ ਅਤੇ ਹੋਰ ਵੀ ਕਈ ਸੰਗਠਨਾਂ ਦੇ ਆਗੂ ਮੌਜੂਦ ਸਨ, ਜਿਨ੍ਹਾਂ ਵੱਲੋਂ ਕੱਲ੍ਹ ਸ਼ਹਿਰ ਦੇ ਵਿੱਚ ਰੋਸ ਰੈਲੀ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਰੋਸ ਰੈਲੀ ਸਾਧੂ ਆਸ਼ਰਮ ਤੋਂ ਸ਼ੁਰੂ ਹੋਏਗੀ, ਜੋ ਕਿ ਫਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਦੇ ਵਿੱਚੋਂ ਆਉਂਦੀ ਹੋਈ ਚੌਕ ਘੰਟਾ ਕਰਦੇ ਖਤਮ ਹੋਏਗੀ ਅਤੇ ਫਾਜ਼ਿਲਕਾ ਦੇ ਵਿੱਚ ਗੋ ਹੱਤਿਆਰਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਏਗੀ। ਗੋ ਹੱਤਿਆ ਅਤੇ ਗੋ ਮਾਸ ਦੇ ਤਸਕਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਕੱਲ੍ਹ ਫਾਜ਼ਿਲਕਾ ਦੇ ਵਿੱਚ ਸਾਧੂ ਆਸ਼ਰਮ ਦੇ ਨਜ਼ਦੀਕ ਠੀਕ 3 ਵਜੇ ਇੱਕ ਵਿਸ਼ਾਲ ਰੋਸ ਰੈਲੀ ਜਿਹੜੀ ਹੈ ਕੱਢੀ ਜਾਏਗੀ। ਤਾਂ ਮੈਂ ਸਾਰੇ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਸ ਰੈਲੀ ਵਿੱਚ ਸ਼ਾਮਿਲ ਹੋਵੋ, ਤਾਂ ਕਿ ਆਪਾਂ ਗੋ ਮਾਤਾ ਨੂੰ ਇਨਸਾਫ ਦਿਵਾ ਸਕੀਏ ਅਤੇ ਜਿੰਨੇ ਵੀ ਗੋ ਹਥਿਆਰੇ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਆਪਾਂ ਮਦਦ ਕਰ ਸਕੀਏ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ। ਕੋਈ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸੰਪਰਕ ਕੀਤਾ ਗਿਆ ਹੁਣ ਤੱਕ ਕੋਈ ਤੁਹਾਡੇ ਸੰਗਠਨਾਂ ਦੇ ਨਾਲ? ਹਾਂਜੀ, ਸੰਪਰਕ ਕੀਤਾ ਗਿਆ, ਹੁਣ ਆਪਣੀ ਗੱਲ ਦੱਸੀ ਹੈ। ਬਟ ਫਿਰ ਵੀ ਜਿੰਨੇ ਵੀ ਸੰਗਠਨ ਨੇ ਉਹਨਾਂ ਸਭ ਦੀ ਡਿਮਾਂਡ ਇਹੀ ਹੋਈ ਕਿ ਰੈਲੀ ਕੱਢੀ ਜਾਏਗੀ, ਤਾਂ ਕਿ ਜਿਨ੍ਹਾਂ ਲੋਕਾਂ ਹਾਲ ਤੱਕ ਨਹੀਂ ਪਤਾ ਕਿ ਸ਼ਹਿਰ ਦੇ ਵਿੱਚ ਚੀਜ਼ਾਂ ਕੀ ਹੋ ਰਹੀਆਂ ਨੇ, ਤਾਂ ਉਹਨਾਂ ਨੂੰ ਵੀ ਦੱਸਿਆ ਜਾ ਸਕੇ ਅਤੇ ਉਹ ਸਾਰੇ ਜਿਹੜੇ ਲੋਕ ਨੇ ਉਹ ਜੁੜ ਸਕਣ ਅਤੇ ਜਿਹੜੀਆਂ ਨੇ ਗਲਤ ਕੰਮ ਹੋ ਰਿਹਾ ਉਹਨਾਂ ਵਾਸਤੇ ਆਵਾਜ਼ ਉਠਾਈ ਜਾ ਸਕੇ। ਕਿੱਥੋਂ ਮੈਡਮ ਰੈਲੀ ਸ਼ੁਰੂ ਹੋਏਗੀ ਔਰ ਇਹ ਰੈਲੀ ਸਾਧੂ ਆਸ਼ਰਮ ਤੋਂ ਸ਼ੁਰੂ ਹੋਏਗੀ ਔਰ ਸ਼ਹਿਰ ਦੇ ਸਾਰੇ ਜਿਹੜੇ ਚੌਂਕ ਨੇ, ਸਾਰੇ ਬਾਜ਼ਾਰ ਨੇ, ਉਹਨਾਂ ਨੂੰ ਕਵਰ ਕੀਤਾ ਜਾਏਗਾ ਅਤੇ ਜਿਹੜੀ ਰੈਲੀ ਹੈ ਉਹ ਲਾਸਟ ਜਿਹੜੀ ਹੈ ਘੰਟਾਘਰ ਚੌਂਕ 'ਤੇ ਸਮਾਪਤ ਹੋਏਗੀ। ਜਿਹੜੀ ਆ ਮੀਟਿੰਗ ਹੈ ਸਾਡੀ, ਇੱਕ 25 ਤਰੀਕ ਰਾਤ ਦੀ ਬਹੁਤ ਵੱਡੀ ਘਟਨਾ ਹੈ ਅਤੇ ਫਾਜ਼ਿਲਕਾ ਵਾਸਤੇ ਬਹੁਤ ਹੀ ਸ਼ਰਮਦਾਇਕ ਘਟਨਾ ਹੈ, ਕਿਉਂਕਿ ਫਾਜ਼ਿਲਕਾ ਦੇ ਅੰਦਰ ਬੁੱਚੜਖਾਨੇ ਦੇ ਰੂਪ ਦੇ ਅੰਦਰ ਜਿਹੜੀ ਪੁਰਾਣੀ ਹੱਡਾ ਰੋੜੀ ਹੈ ਉਹਨਾਂ ਦੇ ਵਿੱਚ ਬਣਿਆ ਇੱਕ ਬੰਕਰ ਹੈ, ਜਿਹਦੇ ਅੰਦਰ ਰਾਤ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗਾਵਾਂ ਨੂੰ ਬੇਹੋਸ਼ੀ ਦੇ ਇੰਜੈਕਸ਼ਨ ਲਗਾ ਕੇ ਅਤੇ ਰਾਤ ਨੂੰ ਉਹਨਾਂ ਨੂੰ ਢੋ ਕੇ ਅਤੇ ਉੱਥੇ ਜਾ ਕੇ ਹਲਾਲ ਕਰਕੇ ਅਤੇ ਉਹਨਾਂ ਦਾ ਜਿਹੜਾ ਮੀਟ ਹੈ ਉਹਨਾਂ ਨੂੰ ਡਰੰਮਾਂ 'ਚ ਭਰ ਕੇ ਬਰਫ਼ ਲਾ ਕੇ ਅਤੇ ਜੋ ਯੂਪੀ ਦੀ ਤਰਫ ਸਪਲਾਈ ਕੀਤਾ ਜਾ ਰਿਹਾ। ਅਤੇ ਇਹ ਇੱਕ ਬਹੁਤ ਵੱਡਾ ਯਾਨੀ ਕਿ ਸ਼ਰਮਨਾਕ ਗੱਲ ਹੈ ਸਾਰੇ ਸਨਾਤਨੀ, ਸਾਰੇ ਹਿੰਦੂਆਂ ਵਾਸਤੇ ਔਰ ਸਾਰੇ ਹੀ ਫਾਜ਼ਿਲਕਾ ਵਾਸਤੇ, ਕਿਉਂਕਿ ਫਾਜ਼ਿਲਕਾ ਧਰਮ ਨਗਰੀ ਹੈ। ਇਸ ਕਰਕੇ ਅਸੀਂ ਉਹਨਾਂ ਦਾ ਰੋਸ ਮਾਰਚ ਕੱਲ੍ਹ ਕੱਢਣ ਜਾ ਰਹੇ ਹਾਂ ਬਹੁਤ ਵੱਡੀ ਸੰਖਿਆ 'ਚ, ਅਤੇ ਸਾਰੇ ਸਾਡੇ ਜਿੰਨੇ ਵੀ ਮੰਦਰ ਨੇ ਉਹਨਾਂ ਦੀ ਕਮੇਟੀਆਂ ਜਾਂ ਹੋਰ ਜਿੰਨੇ ਵੀ ਸਾਡੇ ਹਿੰਦੂ ਸੰਗਠਨ ਨੇ ਸਾਰੇ ਇਹਨਾਂ 'ਚ ਅਸੀਂ ਅੱਜ ਮੀਟਿੰਗ ਕੀਤੀ ਹੈ ਅਤੇ ਉਹਨੂੰ ਬਹੁਤ ਹੀ ਵਧੀਆ ਢੰਗ ਨਾਲ ਅਸੀਂ ਆਪਣੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੋਈ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਇਸ ਮੁੱਦੇ ਨੂੰ ਲੈ ਕੇ? ਦੇਖੋ, ਪ੍ਰਸ਼ਾਸਨਿਕ ਪਹਿਲਾਂ ਤਾਂ ਅਸੀਂ ਉਹਨਾਂ ਤੋਂ ਟਾਈਮ ਲੈਂਦੇ ਰਹੇ ਹਾਂ, ਪਰ ਸ਼ਾਇਦ ਕੋਈ ਉਹਨਾਂ ਦੀ ਪ੍ਰੋਬਲਮ ਸੀ ਜਾਂ ਕੋਈ ਉਹ ਬਿਜੀ ਸੀ ਅਤੇ ਸਾਡੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕਦੀ ਹੋਈ। ਅੱਜ ਜ਼ਰੂਰ ਉਹ ਸਾਡੀ ਮੀਟਿੰਗ ਦੇ ਅੰਦਰ ਆਏ ਸੀ, ਉਹਨਾਂ ਨੇ ਕਈ ਮੁੱਦਿਆਂ 'ਤੇ ਸਾਡੇ ਨਾਲ ਡਿਸਕਸ ਕੀਤੀ। ਕੌਣ ਆਏ ਸੀ? ਦੇਖੋ, ਕੌਣ ਸੀ? DSPD ਸਾਹਿਬ ਆਏ ਸੀ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ, ਪਰ ਹਾਲੇ ਕਈ ਮੁੱਦੇ ਅਸੀਂ ਸਾਡੇ ਜਿਹੜੇ ਨੇ ਜਿਹੜੇ ਲੋਕਲ ਪ੍ਰਸ਼ਾਸਨ ਹੈ ਜਿਸ ਤਰ੍ਹਾਂ ਨਗਰ ਕੌਂਸਲ ਹੈ ਜਾਂ ਹੋਰ ਹੈ ਉਹਨਾਂ ਨਾਲ ਨੇ, ਇਸ ਕਰਕੇ ਅਸੀਂ ਆਪਣੀ ਜਿਹੜੀ ਯਾਤਰਾ ਹੈ ਉਹ ਬੜੀ ਸ਼ਾਂਤ ਢੰਗ ਨਾਲ ਕੱਢਾਂਗੇ। ਅੱਜ ਜੀ ਸਾਰੇ ਸੰਸਥਾਵਾਂ ਦੀ ਇੱਕ ਵਾਰ ਫਿਰ 4th ਮੀਟਿੰਗ ਹੋਈ ਹੈ, ਜਿਹਦੇ 'ਚ ਜਿਹੜੀ ਕੱਲ੍ਹ ਰੋਸ ਰੈਲੀ ਆਪਣੀ ਫਾਜ਼ਿਲਕਾ ਦੇ ਅੰਦਰ ਜਿਹੜੀ ਗਊ ਹੱਤਿਆਵਾਂ ਹੋ ਰਹੀ ਹੈ ਅਤੇ ਉਹਨੂੰ ਲੈ ਕੇ ਰੋਸ ਰੈਲੀ ਕੱਢੀ ਜਾਏਗੀ, ਇੱਕ ਜਨ ਜਾਗਰਣ ਕੀਤਾ ਜਾਏਗਾ, ਜਿਹੜੇ ਲੋਕਾਂ ਨੂੰ ਨਹੀਂ ਪਤਾ ਇਸ ਗਿਨੌਨੀ ਹਰਕਤ ਦਾ ਉਹਨਾਂ ਨੂੰ ਵੀ ਦੱਸਿਆ ਜਾਏਗਾ। ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਹੈਗੀ ਹੈ ਵੀ ਕੱਲ੍ਹ ਸ਼ਾਮ ਨੂੰ 3 ਵਜੇ ਸਾਧੂ ਆਸ਼ਰਮ ਪਹੁੰਚੋ ਅਤੇ ਗਊ ਮਾਤਾ ਦੇ ਸਨਮਾਨ ਦੇ ਵਿੱਚ ਆਪਾਂ ਇਕੱਠੇ ਹੋਣਾ ਹੈ ਅਤੇ ਰੋਸ ਰੈਲੀ ਦੇ ਵਿੱਚ ਹਿੱਸਾ ਲੈਣਾ ਹੈ। ਦੇਖੋ ਜੀ, ਮੈਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਅਤੇ ਮੈਂ ਵੀ ਦੱਸਣਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਸਾਡੇ ਨਾਲ ਤਾਲਮੇਲ ਕੀਤਾ ਉਹਨਾਂ ਕੋਲ ਸਾਡੀਆਂ ਕੁਛ ਇੱਕ ਗੱਲਾਂ ਦੇ ਜਵਾਬ ਨਹੀਂ ਹੈਗੇ ਸੀ। ਜਿਸ ਤਰ੍ਹਾਂ FIR ਜਦੋਂ ਦਰਜ ਹੁੰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਕ੍ਰਾਈਮ ਰਿਪੋਰਟ ਪ੍ਰਿਪੇਅਰ ਕੀਤੀ ਜਾਂਦੀ, ਜਨਰੇਟ ਕੀਤੀ ਜਾਂਦੀ ਹੈ। ਤਾਂ ਤੁਸੀਂ ਇਹ ਦੇਖੋ, ਐਡੀ ਵੱਡੀ ਘਟਨਾ ਹੋਈ, ਐਡਾ ਵੱਡਾ ਅਪਰਾਧ ਹੋਇਆ ਜਿਹੜਾ ਕਿ ਪੂਰੇ ਦੇਸ਼ ਭਰ ਦੇ ਅੰਦਰ ਫੇਮਸ ਹੋਣਾ ਚਾਹੀਦਾ ਸੀ, ਉਹਦਾ ਪ੍ਰਚਾਰ ਹੋਣਾ ਚਾਹੀਦਾ ਸੀ, ਲੇਕਿਨ ਲੋਕਲ ਲੈਵਲ 'ਤੇ ਉਹਦੀ ਕ੍ਰਾਈਮ ਰਿਪੋਰਟ ਜਿਹੜੀ ਜਨਰੇਟ ਹੁੰਦੀ ਹੈ ਉਹਦੇ ਵਿੱਚ ਉਸ FIR ਨੂੰ ਦਰਜ ਹੀ ਨਹੀਂ ਕੀਤਾ ਗਿਆ। ਜਦੋਂ ਅਸੀਂ ਉਹਨਾਂ ਕੋਲ ਅੱਜ ਪੁੱਛਿਆ ਵੀ ਕ੍ਰਾਈਮ ਰਿਪੋਰਟ ਦੇ ਵਿੱਚ ਉਹਦਾ FIR ਦਾ ਵੇਰਵਾ ਦਰਜ ਕਿਉਂ ਨਹੀਂ ਹੈਗਾ, ਤਾਂ ਉਹ ਕਹਿੰਦੇ ਜੀ ਇਹਦੇ ਬਾਰੇ ਅਸੀਂ ਜਲਦੀ ਹੀ ਕਾਰਵਾਈ ਕਰਾਂਗੇ।
तो यह 25 तरीक की घटना हुई है, तुम अज देख लो 5 तरीक होगी, 10 तो उत्ते दिन हो गए, अजे तक वो जिन्हों लोगों ने जनरेट नहीं की उन्होंने लोगों के खिलाफ कोई शोकाज नहीं होया, कोई चार्जशीट दायर नहीं हुई, किसी भी तरह का एक्शन नहीं होया। एक सवालिया निशान खड़ा करता दैट इज़ समथिंग इज़ रोंग एंड समथिंग इज़ सस्पीशियस, मतलब पुलिस की कार्य प्रणाली से कार्यशैली से एक सवालिया निशान खड़ा करता है। इस करके साडा जिहड़ा कल का जिहड़ा तय कार्यक्रम हैगा रोष प्रदर्शन का, वह साडा होएगा उस तरह ही होएगा। तो मैं फाजिलका शहर के हरेक हिंदू समाज के जिहड़े कार्यकर्ता ने, जिन्ने भी साडे हिंदू संगठन ने, जिन्ने भी साडे मंदिर ने जिहड़े हिंदू समाज के लिए काम कर रहे हैं, मैं उन्होंने भी आह्वान करदा वो ज़्यादा तो ज़्यादा लोगों को प्रेरित करन ते साडे कल दे 3 बजे जिहड़ा साडा तय कार्यक्रम है रोष प्रदर्शन का, उत्ते ज़्यादा तो ज़्यादा संख्या दे विच वो सारे पदाधिकारी आ भी आन ते बाकी दे आदे थले कार्यकर्ताओं नूं भी लैके आन। अज की मीटिंग साड़ी असी प्रॉपरली सारा जिहड़ा भी कल की सारी गतिविधि है, कल का असी रोष प्रदर्शन करना वो वास्ते असी गलबात कर रहे थे। सारे इतने घट्टो घट 25 से 30 संस्थावां जिहड़ियां फाजिलका वर्किंग कर रही हैं सनातन धर्म के नाम से, उत्थे असी इकट्ठे होए हैं तो उन्होंने कल की जिहड़ी भी हैगी अपनी रैली वो रूपरेखा बनाई सी, तो असी सारे आह्वान करते हैं कि ज़्यादा से ज़्यादा पब्लिक जिहड़ी भी सनातन धर्म को मनती है तो जिहड़ी भी गऊ के प्रति अपनी भावना रखती है, वो कल सबनों मैं हाथ जोड़ के बेनती करदा कि कल दोपहर 3 बजे साधु आश्रम के पहुँचन, तो वध तो वध इस रैली अपना समर्थन देन